ਸ੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ। ਪੰਜਾਬ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ। ਭਗਵੰਤ ਮਾਨ ਨੇ ਵੀ ਜ਼ਾਹਰ ਕੀਤਾ ਅਫਸੋਸ। ਤਾਜ਼ਾ ਵੱਡੀ ਖਬਰ ਆਈ ਆ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਹੱਥ ਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਦੱਸ ਦਈਏ ਕਿ ਪੰਜਾਬ ਦੇ ਉੱਘੇ ਇਤਿਹਾਸਕਾਰ ਪ੍ਰੋਫੈਸਰ ਜਗਤਾਰ ਸਿੰਘ ਗਰੇਵਾਲ ਦਾ ਦੇਹਾਂਤ, ਜਿੱਥੇ 95 ਸਾਲਾਂ ਦੀ ਉਮਰ 'ਚ ਸੈਕਟਰ 11 ਚੰਡੀਗੜ੍ਹ ਸਥਿਤ ਘਰ 'ਚ ਹੋਇਆ, ਉੱਥੇ ਉਹਨਾਂ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ 'ਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉੱਥੇ ਉਹਨਾਂ ਨੇ ਮੱਧਕਾਲੀ ਭਾਰਤ ਅਤੇ ਬ੍ਰਿਸ਼ਟ ਇਤਿਹਾਸਿਕ ਲੇਖਣ ਦੇ ਇਸ ਲਈ ਇਤਿਹਾਸ ਵਿੱਚ ਲੰਡਨ ਯੂਨੀਵਰਸਿਟੀ ਤੋਂ 1963 'ਚ PhD ਪ੍ਰਾਪਤ ਕੀਤੀ। ਪ੍ਰੋਫੈਸਰ ਗਰੇਵਾਲ ਨੇ ਆਪਣੇ ਸਾਹਿਤਕ ਸਫ਼ਰ ਦੇ ਦੌਰਾਨ ਹੁਣ ਤੱਕ 40 ਕਿਤਾਬਾਂ ਤੋਂ 100 ਤੋਂ ਵੱਧ ਖੋਜ ਪੱਤਰ ਲਿਖੇ। ਉਹਨਾਂ ਨੂੰ ਦੇਸ਼ ਵਿਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਅਦਾਰਿਆਂ ਤੋਂ ਸਨਮਾਨ ਵੀ ਹਾਸਲ ਹੋਇਆ। ਪ੍ਰੋਫੈਸਰ ਗਰੇਵਾਲ ਨੇ ਪੰਜਾਬ 'ਚ ਨਵੀਂ ਤਰ੍ਹਾਂ ਤਾਂ ਦੀ ਇਤਿਹਾਸਕਾਰੀ ਦਾ ਮੁੱਢ ਬੰਨਿਆ। ਉੱਥੇ ਹੀ ਮੱਧਕਾਲੀਨ ਭਾਰਤ, ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਬਾਰੇ ਯਾਦਗਾਰੀ ਖੋਜ ਕੀਤੀ। 1984 ਦੇ ਵਿੱਚ ਇੰਡੀਅਨ ਹਿਸਟਰੀ ਕਾਂਗਰਸ ਦਾ ਪ੍ਰਧਾਨ ਵੀ ਉਹਨਾਂ ਨੂੰ ਚੁਣਿਆ ਗਿਆ। ਉਹਨਾਂ ਨੇ ਇਹਨਾਂ ਖੇਤਰਾਂ 'ਚ ਨਵੀਆਂ ਲੀਹਾਂ ਪਾਈਆਂ। ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ